ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ, ਰਾਜ ਸੰਧੂ ਫਾਰਮਿੰਗ ਯੂਟਿਊਬ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ। ਜਿਹੜੇ ਵੀਰ ਚੈਨਲ 'ਤੇ ਨਵੇਂ ਨੇ, ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਲੱਗੇ ਬੈੱਲ ਆਈਕਨ ਨੂੰ ਵੀ ਔਲ 'ਤੇ ਸੈੱਟ ਕਰ ਲਿਓ। ਕਿਸਾਨ ਵੀਰੋ, ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ। ਸੋ ਦੋਸਤੋ, ਅੱਜ ਆਪਾਂ ਲੈ ਕੇ ਆਏ ਹਾਂ ਜੀ ਇੱਕ ਹੋਰ ਮੱਝ। ਕੀ ਡਿਟੇਲ ਹੈਗੀ ਹੈ ਦੋਸਤੋ ਇਸ ਦੀ, ਆਪਾਂ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ, ਪੁੱਛ ਲਵਾਂਗੇ ਵੀ ਏਰੀਆ ਕਿਹੜਾ ਹੈਗਾ, ਕਿੱਥੇ ਇਹ ਜਿਹੜੀ ਮੱਝ ਖੜੀ ਹੈਗੀ ਆ। ਸੋ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸੋ ਭਾਜੀ, ਇੱਕ ਤਾਂ ਨਾਮ ਦੱਸ ਦਿਓ ਆਪਣਾ। ਨਾਮ ਇਹ ਪ੍ਰਸੀਤ ਸਿੰਘ ਆ। ਠੀਕ ਆ, ਅਤੇ ਭਾਜੀ ਥੋੜ੍ਹਾ ਜਿਹਾ ਉੱਚੀ ਬੋਲ ਪਈਏ ਜੀ, ਅਤੇ ਏਰੀਆ ਆਪਣਾ ਪਿੰਡ ਕਿਹੜਾ ਪੈ ਗਿਆ ਜੀ? ਪਿੰਡ ਆਪਣਾ ਭਿੱਖੀ ਪਿੰਡ ਦੇ ਨਾਲ ਹੀ ਪਹੂ ਪਿੰਡ ਆ ਜੀ। ਪਹੂ ਪਿੰਡ ਪੈ ਗਿਆ ਜੀ। ਹਾਂਜੀ ਹਾਂ। ਜ਼ਿਲ੍ਹਾ? ਜ਼ਿਲ੍ਹਾ ਆਪਣਾ ਤਰਨਤਾਰਨ, ਪੱਟੀ ਤਹਿਸੀਲ ਆ ਗਈ ਨਾ ਜੀ। ਪੱਟੀ, ਠੀਕ ਆ ਜੀ। ਹਾਂਜੀ। ਸੋ ਇਹ ਆਪਣਾ ਭਿੱਖੀ ਪਿੰਡ ਤੋਂ ਆਪਣਾ ਖਾਲੜਾ ਜਾਂਦੇ ਸਮੇਂ ਪਿੰਡ ਪਹੂ ਪਿੰਡ ਪਹਿਲਾ ਪਿੰਡ ਆ ਜਾਂਦਾ ਜੀ। ਹਾਂਜੀ ਹਾਂਜੀ, ਪਹਿਲਾ ਪਹਿਲਾ। ਠੀਕ ਹੈ ਜੀ। ਹਾਂਜੀ। ਸੋ ਭਾਜੀ, ਜਿਹੜੀ ਇਹ ਆਪਣੀ ਮੱਝ ਹੈ, ਇਹ ਝੋਟੀ ਹੈਗੀ ਆ। ਹਾਂਜੀ। ਕੀ ਇਹਦਾ ਡਿਟੇਲ ਹੈਗੀ, ਕਿੰਨਵਾਂ ਸੂਆ ਸੋਈ ਹੈ ਜੀ? ਇਹ ਸੂਆ ਵੀਰ ਜੀ ਤੀਜਾ ਸੋਈ ਆ। ਤੀਜਾ ਸੂਆ ਇਸ ਟਾਈਮ ਸੋਈ ਆ। ਹਾਂਜੀ। ਠੀਕ ਹੈ ਜੀ, ਅਤੇ ਕਿੰਨੇ ਕੁ ਦਿਨ ਦੀ ਭਾਜੀ ਸੋਈ ਆ? ਇਹ ਪਰਸੋਂ ਵੀਰ ਜੀ ਸੋਈ, ਸ਼ਾਮੀ 6 ਵਜੇ। ਪਰਸੋਂ ਸ਼ਾਮੀ ਈਵਨਿੰਗ ਟਾਈਮ 6 ਵਜੇ ਦੋਸਤੋ ਇਹ ਜਿਹੜੀ ਝੋਟੀ ਸੋਈ ਆ, ਤੀਜਾ ਸੂਆ ਸੋਈ ਆ। ਮਗਰ ਭਾਜੀ ਬੱਚਾ ਕੀ ਆ ਗਿਆ? ਦੇ ਬੱਚਾ ਮਗਰ ਕੱਟੀ ਆ ਜੀ, ਮੋਰਾ ਜਾਂ ਕਾਲੀ ਆ। ਬਿਲਕੁਲ ਜੈੱਡ ਬਲੈਕ ਮੋਰਾ ਦੀ ਪਿੱਛੇ ਦੋਸਤੋ ਕੱਟੀ ਹੈਗੀ ਆ। ਅਤੇ ਭਾਜੀ ਬੋਲਾ ਇਸ ਟਾਈਮ ਜਿਹੜਾ ਬੋਲੇ ਦੇ ਵਿੱਚ ਦੁੱਧ ਦਾ ਕਿੰਨਾ ਕੁ ਤਿਆਰ ਹੈ? 8 ਕਿਲੋ ਵੀਰ ਜੀ ਬੋਲਾ। 8 ਕਿਲੋ ਦੋਸਤੋ ਜਿਹੜਾ ਬੋਲਾ ਤਿਆਰ ਹੈਗਾ। ਅਤੇ ਭਾਜੀ ਦੁੱਧ ਕਿੰਨਾ ਪਾ ਦੂਗੀ? 12 ਲੀਟਰ। ਠੀਕ ਆ। ਸੋ ਕਿਸਾਨ ਵੀਰੋ, 12 ਲੀਟਰ ਦੀ ਜਿਹੜੀ ਮਿਲਕ ਕਪੈਸਿਟੀ ਇਸ ਝੋਟੀ ਦੀ ਰਹੇਗੀ ਇਸ ਸੂਬੇ ਤੀਜੇ ਦੇ ਵਿੱਚ। ਬਾਕੀ ਇਸ ਟਾਈਮ ਜਿਹੜਾ ਲੇਵਾ ਅਜੇ ਭਰਿਆ ਉਹ ਹੌਲੀ ਹੌਲੀ ਸ਼ੁਰੂ ਕਰ ਦਿੱਤਾ, ਤਕਰੀਬਨ 6 ਵਜੇ 6:30 ਵਜੇ ਚਵਾਈ ਹੋਵੇਗੀ। 6:30 ਵਜੇ ਬਾਈ ਹੋਣੀ ਇਸ ਦੀ ਜਿਹੜੀ ਚਵਾਈ ਕਰਦੇ ਨੇ ਦੋਸਤੋ, ਲੇਵਾ ਜਿਹੜਾ ਉਦੋਂ ਬਿਲਕੁਲ ਬਣਾ ਕੇ ਤਿਆਰ ਕਰ ਲਏਗੀ। ਹਜੇ ਤਕਰੀਬਨ 3 ਦਿਨ ਦੀ ਸੂਈ ਆ ਬੋਲੇ ਦੇ ਵਿੱਚ ਹੈਗੀ ਆ। ਬਾਕੀ 8-7 ਦਿਨਾਂ ਤੱਕ ਜਿਹੜੀ ਬਿਲਕੁਲ, ਜਾਂ ਕਹਿ ਲਈਏ ਵੀ 20-25 ਦਿਨ ਤੱਕ ਬਿਲਕੁਲ ਪੀਕ ਲੈਵਲ 'ਤੇ ਜਿਹੜਾ ਦੁੱਧ ਇਸਦਾ ਆ ਜਾਏਗਾ ਜੀ 12 ਲੀਟਰ 'ਤੇ। ਬਾਕੀ ਜਿਹੜੇ ਮੇਰੇ ਵੀਰ ਚਾਹਵਾਨ ਹੋਣ, ਸ਼ੌਕੀਨ ਹੋਣ ਇਹ ਝੋਟੀ ਖਰੀਦਣ ਦੇ, ਉਹ ਜਿਹੜੇ ਬਾਈ ਹੋਣਾਂ ਦੇ ਜਿਹੜੇ ਕੰਟੈਕਟ ਨੰਬਰ ਨੇ ਉਹ ਵੀ ਆਪਾਂ ਦੇਵਾਂਗੇ, ਉਹਨਾਂ 'ਤੇ ਸੰਪਰਕ ਕਰ ਸਕਦੇ ਹੋ ਤੁਸੀਂ। ਬਾਕੀ ਜਿਹੜਾ ਲੇਵਾ ਦੋਸਤੋ ਕਾਫੀ ਜ਼ਿਆਦਾ ਸੋਹਣਾ, ਵਿੱਥਾਂ ਵੁੱਥਾਂ ਬਹੁਤ ਝੋਟੀ ਦੀਆਂ ਥਣਾਂ ਦੀਆਂ, ਵਿੱਥਾਂ ਦੀ ਗੱਲ ਕਰੀਏ ਦੋਸਤੋ ਅਗਲੇ ਥਣਾਂ ਦੀਆਂ, ਅਗਲੇ ਅਤੇ ਪਿਛਲੇ ਦੀਆਂ ਵਿੱਥਾਂ ਕਾਫੀ ਜ਼ਿਆਦਾ ਸੋਹਣੀਆਂ ਨੇ। ਬਾਕੀ ਤੁਸੀਂ ਵੀਡੀਓ ਦੇ ਵਿੱਚ ਜ਼ਰੂਰ ਨੋਟ ਕਰ ਸਕਦੇ ਹੋ, ਚੰਗੀ ਸੋਹਣੀ ਵਿੱਥੀ ਹੈਗੀ ਆ ਵੀਰੇ ਉਹ। ਬਾਕੀ ਸਿੰਘ ਸੰਘ ਦੀ ਬਣਤਰ ਦੋਸਤੋ ਇਹ ਹੈਗੀ ਆ, ਮੱਥੇ 'ਚ ਥੋੜ੍ਹੇ ਜਿਹੇ ਜਿਹੜੇ ਵਾਈਟ ਹਨ ਵਾਲ। ਬਾਕੀ ਜਿਹੜਾ ਬੋਡੀ ਸਟਰਕਚਰ ਆ, ਹਾਈਟ ਵਾਈਜ਼ ਮੀਡੀਅਮ ਆ ਜਿਹੜੀ ਹਾਈਟ ਹੈਗੀ ਆ ਦੋਸਤੋ, ਚੰਗੇ ਸੋਹਣੇ ਕੱਦ ਦੀ ਹੈਗੀ ਆ, ਲੰਮੀ ਪੂਛ ਹੈਗੀ ਆ, ਤੁਸੀਂ ਵੇਖ ਸਕਦੇ ਪਿੱਛੋਂ ਗਿੱਠ ਚਿੱਟੀ ਹੈਗੀ ਆ। ਬਾਕੀ ਭਾਅ ਜੀ ਨੂੰ ਖੋਲ੍ਹ ਕੇ ਆਪਾਂ ਤੋਰ ਲਈਏ ਜੀ। ਹਾਂਜੀ ਹਾਂਜੀ, ਐਨੂੰ ਬਾਹਰ ਨਹੀਂ ਕੱਢਦੀ ਜੀ। ਸੋ ਕਿਸਾਨ ਵੀਰੋ, ਤੁਸੀਂ ਨੋਟ ਕਰ ਸਕਦੇ ਹੋ, ਚੰਗਾ ਸੋਹਣਾ ਹਵਾਨਾ ਹੈਗਾ ਅਤੇ ਵਿੱਥ ਕਾਫੀ ਜ਼ਿਆਦਾ ਸੋਹਣੀ ਹੈਗੀ ਹੈ, ਆਰਡਰ ਦੀ ਕੁਆਲਿਟੀ ਕਾਫੀ ਜ਼ਿਆਦਾ ਚੰਗੀ ਹੈ ਜੀ। ਹਾਂਜੀ ਹਾਂਜੀ, ਮੋੜ ਦਿੱਤਾ। ਹਾਂਜੀ ਹਾਂਜੀ, ਠੀਕ ਹੈ ਜੀ। ਸੋ ਕਿਸਾਨ ਵੀਰੋ, ਜਿਹੜੇ ਮੇਰੇ ਵੀਰ ਨੂੰ ਪਸੰਦ ਆਉਂਦੀ ਆ, ਰੇਟ ਵੀ ਬਾਈ ਹੋਰਾਂ ਦੱਸ ਦਿੱਤਾ ਵੀ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੈ ਉਹ ਬਾਈ ਹੋਰਾਂ ਦੇ ਜਿਹੜੇ ਨੰਬਰਾਂ 'ਤੇ ਸੰਪਰਕ ਜ਼ਰੂਰ ਕਰ ਸਕਦਾ। ਸੋ ਕਿਸਾਨ ਵੀਰੋ, ਇੱਕ ਹੋਰ ਜਿਹੜੀ ਝੋਟੀ ਹੈਗੀ ਆ ਉਹ ਵੀ ਆਪਾਂ ਭਾਅ ਜੀ ਉਹਨਾਂ ਤੋਂ ਪੁੱਛ ਲੈਂਦੇ, ਉਹ ਵੀ ਇਹਨਾਂ ਦੇ ਕੋਲ ਹੀ ਹੈ, ਇੱਕੇ ਘਰ ਦੇ ਵਿੱਚ ਹੈਗੀਆਂ ਨੇ ਦੋਸਤੋ। ਉਹਨਾਂ ਦਾ ਜਿਹੜਾ ਕੰਟੈਕਟ ਨੰਬਰ ਹੈ ਅਤੇ ਇਹ ਵੀ ਕੰਟੈਕਟ ਨੰਬਰ ਦੋਸਤੋ ਸੇਮ ਹੀ ਰਹਿਣਗੇ, ਤੁਸੀਂ ਮਤਲਬ ਕਿ ਨੰਬਰਾਂ 'ਤੇ ਸੰਪਰਕ ਕਰਕੇ ਜਿਹੜੀਆਂ ਇਹ ਝੋਟੀਆਂ ਖਰੀਦ ਸਕਦੇ ਹੋ। ਸੋ ਭਾਅ ਜੀ, ਇਸ ਦੇ ਵੀ ਸਾਨੂੰ ਡਿਟੇਲ ਦੱਸ ਦਿਓ, ਕਿੰਨਵਾਂ ਸੂਬਾ ਸੋਣ ਜਾ ਰਹੀ ਅੱਗੇ ਜੀ? ਦੂਜੇ ਸੂਬੇ ਆ। ਦੂਜੇ ਸੂਬੇ ਅੱਗੇ ਸੋਣਾ ਹੈ ਜੀ? ਹਾਂਜੀ, ਦੂਜੇ ਸੂਬੇ। ਅਤੇ ਕਿੰਨੇ ਕੁ ਦਿਨ ਭਾਅ ਜੀ ਲੈ ਜਾਏਗੀ ਇਹ ਵੀਰ ਜੀ? ਪੰਜ ਵਸਾਖ ਨੂੰ ਦਿਨ ਪੂਰੇ ਹੁੰਦੇ ਦੇ। ਠੀਕ ਆ ਜੀ, 5 ਵਸਾਖ ਦੋਸਤੋ ਜਿਹੜਾ ਦੇਸੀ ਮਹੀਨਾ, 5 ਵਸਾਖ ਨੂੰ ਜਿਹੜੇ ਦਿਨ ਪੂਰੇ ਆ ਇਸ ਝੋਟੀ ਦੇ। ਬਾਕੀ ਬਾਈ ਜੀ, ਇਹਦਾ ਜਿਹੜਾ ਦੁੱਧ ਦਾ ਰਿਕਾਰਡ ਆ ਪਿਛਲੇ ਟਾਈਮ ਕੀ ਰਿਹਾ ਤਕਰੀਬਨ? ਪਿਛਲੇ ਸਮੇਂ ਵੀਰ ਜੀ ਆਉਂਦੇ 13 ਲੀਟਰ ਦੁੱਧ ਨਿਕਲਦੇ ਆ, 12-13। ਠੀਕ ਆ, ਦੂਜੇ ਸੋਣਾ ਜੀ। ਠੀਕ ਆ ਜੀ। ਹਾਂਜੀ।
ਸੋ ਕਿਸਾਨ ਵੀਰੋ 12-13 ਲੀਟਰ ਦੀ ਜਿਹੜੀ ਮਿਲਕ ਦੀ ਕਪੈਸਿਟੀ ਇਸ ਝੋਟੀ ਦੀ ਰਹੀ ਹੈਗੀ ਆ। ਠੀਕ ਆ ਜੀ। ਸੋ ਭਾਅ ਜੀ ਇਸ ਦੀ ਜਿਹੜੀ ਡਿਮਾਂਡ ਕੀ ਕਰਦੇ ਪਏ ਆਪਾਂ ਜੀ? ਇਹਦਾ ਮੁੱਲ ਕਰਦੇ ਵੀਰ ਜੀ 90,000। 90,000 ਜੀ? ਹਾਂਜੀ। ਠੀਕ ਆ ਭਾਅ ਜੀ। ਦੁੱਧ ਕਿੰਨਾ ਕੁ ਕਰਦੇ ਕੀ ਇਸ ਟਾਈਮ? ਦੁੱਧ ਚਲੋ ਵੀਰ ਜੀ ਪਿਛਲੇ ਸੂਬੇ ਦੇ ਚਲੋ 12-13 ਕਿਲੋ ਆ ਅਤੇ ਚਲੋ 14 ਦਊ ਇਹ। ਠੀਕ ਆ, 14 ਕੁ ਕਿਲੋ। ਹਾਂਜੀ। ਪਹਿਲੇ ਸੂਬੇ ਮਤਲਬ ਕਿ 12 ਕੁ ਲੀਟਰ ਦੀ ਰਹੀ ਹੈ ਜੀ। 12 ਕਿਲੋ। ਠੀਕ ਆ। ਸੋ ਕਿਸਾਨ ਵੀਰੋ ਬਾਈ ਹੋਰਾਂ ਜਿੱਦਾਂ ਦੱਸਿਆ ਵੀ 14 ਲੀਟਰ ਦੀ ਮਿਲਕ ਦੀ ਕਪੈਸਿਟੀ ਇਸ ਸੂਬੇ ਦੇ ਵਿੱਚ ਰਹੇਗੀ ਇਸ ਝੋਟੀ ਦੇ ਥੱਲੇ। 90,000 ਰੁਪਇਆ ਬਾਈ ਹੋਰਾਂ ਡਿਮਾਂਡ ਕੀਤੀ ਆ। ਬਾਕੀ ਬਾਈ ਜੀ ਇਹ ਰੇਟ ਜਿਹੜੇ ਆਉਂਦੇ ਆ ਫਿਕਸ ਨਹੀਂ ਗੇ, ਮੌਕੇ 'ਤੇ ਬੰਦਾ ਆਪਦੀ ਤਸੱਲੀ ਕਰੇ, ਨਰਕ ਪਰਕ ਕਰੇ, ਆਪਦੇ ਤਰੀਕੇ ਨਾਲ ਵੀ ਕੋਈ ਰੇਟ ਪੈਸਾ ਲਗਾ ਸਕਦਾ। ਹਾਂਜੀ ਹਾਂਜੀ। ਠੀਕ ਹੈ ਜੀ। ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਤੁਹਾਨੂੰ, ਪੜਦੇ ਵਿੱਚ ਹੋਵੇਗਾ ਤੁਹਾਨੂੰ ਪੁੱਗੇਗਾ, ਤੁਸੀਂ ਕਰ ਸੌਦਾ ਕਰ ਲਓਗੇ, ਕੋਈ ਇਤਰਾਜ਼ ਨਹੀਂ ਇਹਦੇ 'ਚ। ਠੀਕ ਆ। ਅਤੇ ਇੱਕ ਵੀਰ ਜੀ ਜਿਹੜੇ ਆਪਣੇ ਮੋਬਾਈਲ ਦੇ ਮੋਬਾਈਲ ਨੰਬਰ ਹੈ ਉਹ ਤੁਹਾਨੂੰ ਕੰਟੈਕਟ ਨੰਬਰ ਬੋਲ ਕੇ ਜ਼ਰੂਰ ਦੱਸ ਦਿਓ। 98-98। ਹਾਂਜੀ। 80-71। ਇੱਕ ਵਾਰੀ ਫਿਰ ਬੋਲ ਦਈਏ ਜੀ। 98-98-80-71। ਠੀਕ ਆ ਜੀ। ਸੋ ਕਿਸਾਨ ਵੀਰੋ ਇਹ ਸਨ ਬਾਈ ਹੋਰਾਂ ਦੇ ਜਿਹੜੇ ਫੋਨ ਨੰਬਰ, ਇਹਨਾਂ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਇਹ ਜਿਹੜੀਆਂ ਝੋਟੀਆਂ ਦੋਸਤੋ ਤੁਹਾਨੂੰ ਦਿਖਾਈਆਂ ਇਹ ਤੁਸੀਂ ਖਰੀਦ ਸਕਦੇ ਹੋ। ਹਾਂਜੀ ਹਾਂਜੀ। 98-55। ਹਾਂਜੀ। 30-71। ਇੱਕ ਵਾਰੀ ਫਿਰ ਬੋਲ ਦਈਏ ਜੀ। 98-55-30-71। ਇਹ 'ਤੇ ਵਟਸਐਪ ਚੱਲਦਾ। ਠੀਕ ਆ ਜੀ। ਸੋ ਕਿਸਾਨ ਵੀਰੋ ਇਸ ਨੰਬਰ 'ਤੇ ਵਟਸਐਪ ਵੀ ਚੱਲਦਾ। ਸੋ ਬਾਕੀ ਬਾਈ ਹੋਰਾਂ ਦੱਸਿਆ ਵੀ ਤਕਰੀਬਨ 5 ਵਿਸਾਖ ਨੂੰ ਇਸ ਦਿਨ ਪੂਰੇ ਆ ਜਿਹੜੇ, ਉੱਪਰ ਵੀ ਕੋਈ 2-4 ਦਿਨ ਹਜੇ ਲੈ ਕੇ ਜਾ ਵੀ ਸਕਦੀ, 5 ਵਿਸਾਖ ਤੋਂ ਉੱਪਰ ਵੀ 8-7 ਵਿਸਾਖ ਵੀ ਕਹਿ ਲਓ, 9-10 ਤੱਕ ਵੀ ਜਾ ਸਕਦੀ ਆ। ਸੋ ਬਾਈ ਜੀ ਨੂੰ ਖੋਲ੍ਹ ਕੇ ਵੀ ਆਪਾਂ ਇਹਨੂੰ ਵੀ ਇੱਕ ਵਾਰੀ ਇਹ ਤੋੜ ਕੇ ਵਿਖਾ ਦਈਏ ਇੱਧਰ। ਬਾਕੀ ਮੇਰੇ ਵੀਰ ਜਿਹੜੇ ਨੂੰ ਪਸੰਦ ਆਵੇ ਮੌਕੇ 'ਤੇ ਤੁਸੀਂ ਪਹੁੰਚ ਸਕਦੇ ਹੋ, ਘਰ ਦੇ ਵਿੱਚ ਪਹੁੰਚ ਕੇ ਤੁਸੀਂ ਤਸੱਲੀ ਆਪਦੀ ਜ਼ਰੂਰ ਕਰ ਸਕਦੇ ਹੋ ਦੋਸਤੋ ਕੋਲੋਂ। ਕਮਾਲ ਹੋ ਜੀ।